हेलो, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਹੋ ਗਿਆ ਜੀ। ਓ ਵੈਰੀ ਗੁੱਡ ਸਰ, ਵੈਰੀ ਗੁੱਡ। ਖਿੱਚਦਾ ਕੰਮ ਫਿਰ ਹੈ? ਹਾਂਜੀ ਸਰ, ਬਸ ਤੁਹਾਡੀ ਕਿਰਪਾ ਜੀ, ਤੁਹਾਡੀ ਕਿਰਪਾ ਨਾਲ ਰੇਸ ਲੱਗ ਗਈ ਸੀ, ਬਸ ਬਾਕੀ ਤੁਹਾਨੂੰ ਪਤਾ ਅੱਗੇ। ਬਾਕੀ ਦਾ ਤੂੰ ਐਕਸਪਰਟ ਹੈ ਜੀ। ਬਸ ਸਰ, ਐਕਸਪਰਟ ਤਾਂ ਕਾਣੂ, ਬਾਕੀ ਰੱਬ ਹੁੰਦਾ ਕਰਾਉਣ ਵਾਲਾ। ਨਹੀਂ, ਸਹੀ ਹੈ, ਹੰਬਲਨੈਸ ਜ਼ਰੂਰੀ ਆ। ਹਾਂਜੀ ਹਾਂਜੀ। ਨਹੀਂ ਸਰ, ਉਹ ਤਾਂ ਸ਼ੁਰੂ ਦੀ ਸੀ ਜੀ, ਤੁਹਾਨੂੰ ਪਤਾ ਤਾਂ ਹੈਗਾ, ਬੀਤੀ ਹੁੰਦੀ ਹੈ ਨਾ ਜਿਸ ਤੇ। ਬਿਲਕੁਲ ਬਿਲਕੁਲ ਸਰ, ਬਿਲਕੁਲ। ਹਾਂਜੀ ਸਰ, ਰਨਿੰਗ ਲੱਗ ਗਈ ਸੀ ਸਰ 6:10 ਤੇ ਜੀ। ਵੈਰੀ ਗੁੱਡ ਯਾਰ, ਹਾਂ ਵਧੀਆ ਆ ਗਈ ਸੀ ਟਾਈਮਿੰਗ ਉੱਥੇ। ਬਾਕੀ ਲੌਂਗ ਹਾਈ ਹੋ ਗਈ? ਗਰੁੱਪ ਦੇ ਫਸਟ ਹੀ ਹੋ ਗਏ ਸੀ ਸਰ ਉਹ ਤਾਂ। ਅੱਛਾ, ਹਾਂਜੀ ਹੋਰ? ਬਹੁਤ ਵਧੀਆ ਸੀ ਬਾਕੀ ਸਰ, ਬਸ ਐ ਵੀ ਠੀਕ ਹੈ, ਤਾਂ ਗਰਾਊਂਡ ਚ ਥੋੜਾ ਖਿੱਚਣਾ ਪੈਂਦਾ ਜੀ ਉਸ ਚ। ਅੱਛਾ, ਮਤਲਬ ਇੰਨਾ ਲਾਈਟ ਵੀ ਨੀ ਕਹਿ ਸਕਦੇ, ਉਹ ਗਰਾਊਂਡ ਨੂੰ ਜ਼ੋਰ ਲੱਗ ਗਿਆ ਉਸ ਚ। ਅੱਛਾ ਅੱਛਾ, ਹਾਂ ਜੀ। ਨਿਕਲਿਆ ਤੇਰੇ ਗਰੁੱਪ ਚੋਂ ਸਰ? ਲਾ ਕੇ ਚੱਲੋ ਸਰ 50% ਰਿਜ਼ਲਟ ਹੈ। ਅੱਛਾ, ਹਾਂ ਜੀ, ਮੇਰੇ ਗਰੁੱਪ ਚੋਂ 11 ਬੰਦੇ ਆਏ ਨੇ 20 ਚੋਂ, ਤੇ ਹਾਂ ਜੀ ਕਿਸੇ ਚੋ 13 ਵੀ ਚਲੇ ਜਾਂਦੇ ਨੇ, ਉਹੀ ਕਿਸੇ ਚੋ 8-9 ਵੀ ਰਹਿ ਜਾਂਦੇ ਨੇ ਹੁਣ ਸਰ। ਤੇ ਉਹ ਗਰੁੱਪ ਚੋ ਸ਼ਾਇਦ ਮੈਂ ਸੁਣਿਆ ਵੀ ਮੈਨੂੰ ਲੱਗਦਾ 13-13 ਬੱਚੇ ਰਨਿੰਗ ਚ ਬਾਹਰ ਹੋ ਗਏ ਸੀ। ਓਹੋ, ਹਾਂ ਜੀ। ਮੋਸਟਲੀ ਬੱਚੇ ਕਿਹਦੇ ਚੋ ਫੇਲ ਹੋ ਰਹੇ ਨੇ ਸਰ? ਜਿਹੜਾ ਮੈਂ ਦੇਖਿਆ ਅੱਜ, ਉਹ ਚ ਤਾਂ ਰਨਿੰਗ ਚੋ ਜ਼ਿਆਦਾ ਬੱਚੇ ਬਾਹਰ ਹੋਏ ਨੇ। ਸਾਡੇ ਸਰ ਗਰੁੱਪ ਚੋ ਇੱਕ ਬੱਚਾ ਵੀ ਲੌਂਗ ਜੰਪ ਚੋ ਨਹੀਂ ਰਿਹਾ, ਸਾਰੇ ਨਾ ਹੀ ਚੋ। ਹਾਂ, ਸਾਰੇ ਕਲੀਅਰ ਸੀ, ਜਿਹੜਾ ਰਨਿੰਗ ਕੱਢ ਗਿਆ ਉਹ, ਬਾਕੀ ਸਾਰੇ ਪੂਰੇ ਗਏ ਨੇ। ਗੁੱਡ ਗੁੱਡ ਗੁੱਡ। ਬਾਕੀ ਸਰ ਥੈਂਕ ਯੂ ਜੀ ਰਨਿੰਗ ਲਈ, ਬਹੁਤ ਬਹੁਤ ਨਹੀਂ ਕੋਈ ਨਹੀਂ ਸਰ, ਬਹੁਤ ਮਿਹਨਤ ਕਰਾਈ ਸੀ ਰਨਿੰਗ ਲਈ। ਹਾਂ ਨਹੀਂ ਕੋਈ ਇਸ਼ੂ ਨਹੀਂ ਆ, ਮੇਰਾ ਮਕਸਦ ਹੈ ਬਸ, ਹੈ ਨਾ, ਵਰਦੀ ਪੈਣੀ ਚਾਹੀਦੀ ਬੱਚੇ ਦੇ। ਹਾਂਜੀ ਹਾਂਜੀ ਸਰ, ਤੈਨੂੰ ਪਤਾ ਹੀ, ਆਪਾਂ ਤੈਨੂੰ ਉਹੀ ਸਮਝਾਉਂਦੇ ਸਾਰ, ਹੈ ਨਾ। ਨਹੀਂ ਸਰ, ਤੁਹਾਡੇ ਨਾਲ ਤਾਂ ਚਲੋ ਹੁਣ ਵਧੀਆ ਜੀ ਗੱਲ ਹੁੰਦੀ ਰਹਿੰਦੀ ਹੈ। ਕੋਈ ਨਾ ਕੋਈ ਨਾ, ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ, ਸੇਮ ਸਾਰਾ ਸਰ। ਆ ਕੇ ਜਾਵਾਂਗੇ ਸਰ, ਬਾਕੀ ਹੁਣ ਜੇਲ ਬਾਰਡਰ ਵੀ ਹੈ, ਉਹ ਵੀ ਕਰਨਾ ਹੈ। ਹਾਂ, ਤਾਂ 20 ਤੋਂ ਸਟਾਰਟ, 24 ਤੋਂ ਸਟਾਰਟ ਹੈ ਸ਼ਾਇਦ, 21 ਤੋਂ ਹੈ ਸਰ। 21 ਤੋਂ ਸਟਾਰਟ ਹੈ ਨਾ, ਕੋਈ ਨਾ, ਆ ਜਾ, ਖਿੱਚਣ ਦੀ ਤਿਆਰੀਆਂ, ਛੱਡਣਾ ਕੁਛ ਨਹੀਂ ਆਪਾਂ ਨੇ। ਮੈਂ ਸਰ ਕੱਲ ਉਹਦਾ ਦੇਖਿਆ ਸੀ ਜੀ ਗਹਿਲੋਤ ਦਾ ਰਿਵਿਊ, ਜੰਬੋ ਬਾਰੇ ਸੁਣ ਕੇ ਡਰ ਗਿਆ ਸੀ ਸਰ ਮੈਂ। ਅੱਛਾ, ਮੈਂ ਕਿਹਾ ਇੰਨਾ ਵਧੀਆ ਮਾਰਦਾ ਸੀ ਉਹ। ਹੋਰ ਕੀ ਦੇਖ ਲਾ, ਤੇਰੇ ਸਾਹਮਣੇ ਫਸਟ ਫਸਟ ਕਰਦੇ ਹੈ ਨਾ, ਬਟ ਹੋ ਜਾਂਦਾ ਥੋੜਾ ਨਾ, ਨਰਵਸਨੈਸ ਹੋ ਜਾਂਦੀ ਹੈ। ਹੋ ਜਾਂਦਾ ਸਰ, ਚਲੋ ਐ ਵੀ ਵਧੀਆ ਹੋਇਆ ਵੀ ਹੋ ਗਿਆ, ਫਾਈਨਲੀ ਮੈਨ ਕੁਆਲੀਫਾਈ ਮੈਟਰ ਕਰਦਾ ਜੀ। ਬਿਲਕੁਲ ਬਿਲਕੁਲ, ਹੋਰ ਕੁਝ ਮੈਟਰ ਨਹੀਂ ਕਰਦਾ, ਤੁਸੀਂ ਤੀਜੇ ਚ ਕਰੋ। ਵਾਹ, ਐਂਡ ਆਫ ਦਾ ਡੇ ਰਿਜ਼ਲਟ ਹੀ ਮੈਟਰ ਕਰਦੇ ਨੇ ਬਸ। ਹਾਂਜੀ, ਰਿਜ਼ਲਟ ਮੈਟਰ ਕਰਦਾ, ਬਾਕੀ ਸਰ ਦੇਖੋ ਫਾਈਨਲ ਚ ਕੀ ਬਣਦਾ ਜੀ। ਕੋਈ ਆਪਾਂ ਕੰਮ ਕਰੀਏ, ਆਪਣਾ ਮਿਹਨਤ ਕੰਮ ਆਪਣਾ, ਹਨਾ, ਆਪਾਂ ਮਿਹਨਤ ਕਰੀਏ ਬਸ। ਹਾਂਜੀ ਸਰ, ਬਾਕੀ ਤਾਂ ਅੱਗੇ ਉਹ ਆ, ਖਿੱਚਦੇ ਹੁਣ ਤਿਆਰੀਆਂ ਆਪਾਂ ਜੇਲ੍ਹ ਵੜਨ ਵਾਲੀ, ਹਨਾ। ਹਾਂਜੀ ਸਰ, ਹਾਂਜੀ ਜ਼ਰੂਰ ਜੀ। ਠੀਕ ਹੈ, ਬਸ ਬਾਕੀ ਆ ਸਰ। ਹਾਂਜੀ ਹਾਂਜੀ, ਓਕੇ ਸਰ। ਹਾਂ ਠੀਕ ਹੈ ਬੱਚੇ, ਓਕੇ, ਮਿਲਦੇ ਹਾਂ।